अपनी जिंदगी दे विचाले जेकर मैं पहाड़ देखे ने तां दो तरह दे वेखे ने। पहले जो कि श्रीनगर ते कश्मीर दी वादियां दे विचाले सोहणे हरे भरे जिहड़े ने, लोक उहनां नूं देखण दे लई दूरों दूरों आउंदे ने ते छुट्टियां कट के जांदे ने। और दूसरे पहाड़ तुसीं तस्वीर विच साफ वेख सकदे हो, उस तों वी ज़्यादा सोहणे पहाड़ जिथे कि गंदगी दे वड्डे वड्डे ढेर लगे हुए ने, तुसीं तस्वीरां विच साफ वेख सकदे हो। इस जगह ते आना कौन पसंद करेगा, यह वड्डा प्रश्न जिहड़ा पहला सरकार नूं जांदा है। एक पहाड़ तुहानूं जेकर आपां श्रीनगर दा व्यू दिखाउण दी कोशिश करिए और दूसरे पासे तुहानूं मैं दराज दा वार्ड नंबर 7 दे इस समय हालात दिखा रहा। की हालात ने इत्थे कूड़ा जिहड़ा वा तुसीं देख सकदे हो भारी मात्रा दे विच, जगह जगह ते जिहड़े कूड़े दे जिहड़े डंप दे ढेर ने उह लगाए गए ने। बिना कोई इत्थे आपां गल करिए, कोई भी सरकारी हदायत पास नहीं हुई, कोई भी तरीके की जिदा कहने कि कूड़ा सुटना वह इलाके संबंधी जो जो सुविधा होनी चाहिए है, किसी प्रकार की कोई सुविधा नज़र नहीं आ रही। गंद ते कूड़े ढेर तुसीं शरेआम जिहड़ा वेख सकते हो। सिर्फ तुहानूं कूड़ा वेखण नूं नहीं मिलेगा, बल्कि जिहड़ी घरां विच यूज़ होण वाली और डॉक्टर साहिबान जिहड़ी पीपी किट पाउंदे ने मैडिकल वेस्ट, मैं कैमरा परसन सनी नूं रिक्वेस्ट करांगा एक बार दिखाउण किस तरीके जिहड़ा मैडिकल वेस्ट है इत्थे जिहड़ा शरेआम इदां ही सुट्टिया गया वा। उदां आपां गल करदे आं करोना तों प्रीकोशनस लैण दीआं किट पाउण दीआं, लेकिन जेकर उही किटां नूं इस तरीके नाल डिस्पोज ऑफ कीता जाएगा तां किन्नूं जिहड़ा करोना फैलण दा डर जिहड़ा वा उह नहीं होएगा। ਜਦੋਂ ਇੱਥੇ ਬਾਰਿਸ਼ਾਂ ਪੈਣਗੀਆਂ ਪਾਣੀ ਜਿਹੜਾ ਵਾ ਫੁੱਟ ਫੁੱਟ ਦੇ ਹਿਸਾਬ ਨਾਲ ਇਕੱਠਾ ਹੋਏਗਾ, ਜਿਹੜਾ ਗੰਦਾ ਮੱਛਰ ਪੈਦਾ ਹੋਏਗਾ, ਜਿਹੜੀ ਗੰਦੀ ਬਿਮਾਰੀ ਪੈਦਾ ਹੋਏਗੀ, ਅਤੇ ਜਦੋਂ ਉਹ ਮੱਛਰ ਜਿਹੜਾ ਦੁਰਾਹ ਦੇ ਨਿਵਾਸੀ ਨੇ ਉਹਨਾਂ ਦੇ ਘਰ ਜਾ ਕੇ ਜਿਹੜਾ ਵਿਅਕਤੀਆਂ ਨੂੰ ਆਮ ਬੰਦਿਆਂ ਨੂੰ ਬਿਮਾਰ ਕਰੇਗਾ, ਉਹਨਾਂ ਦੀ ਸਿਹਤ ਦੀ ਜਿਹੜੀ ਭਰਪਾਈ ਹੈ, ਉਹਨਾਂ ਦੀ ਸਿਹਤ ਦਾ ਜਿਹੜਾ ਨੁਕਸਾਨ ਹੈ ਉਸ ਦੀ ਜਿਹੜੀ ਭਰਪਾਈ ਹੈ ਉਹ ਕੌਣ ਕਰੇਗਾ। ਸੋ ਵੱਡਾ ਪ੍ਰਸ਼ਨ ਇੱਥੇ ਸਰਕਾਰਾਂ 'ਤੇ ਵੀ ਉੱਠਦਾ, ਵੱਡਾ ਪ੍ਰਸ਼ਨ ਇੱਥੇ MC ਦੁਰਾਹਾ 'ਤੇ ਵੀ ਉੱਠਦਾ ਕਿ ਜੇਕਰ ਕੋਈ ਇੱਕ ਜਗ੍ਹਾ ਨਹੀਂ ਬਣਾਏਗੀ, ਕੋਈ ਸੁਵਿਧਾ ਨਹੀਂ ਦਿੱਤੀ ਗਈ ਜਿੱਥੇ ਕਿ ਘਰਾਂ ਦਾ ਕੂੜਾ ਹੋਵੇ ਜਾਂ ਫਿਰ ਪੂਰੇ ਦੁਰਾਹੇ ਦਾ ਕੂੜਾ ਹੋਵੇ, ਇੱਕ ਸੁੱਟਣ ਦੇ ਲਈ ਇੱਕ ਪ੍ਰੋਪਰ ਡਿਸਪੋਜ ਆਫ ਕਰਨ ਦੇ ਲਈ ਇੱਕ ਵਧੀਆ ਥਾਂ ਹੋਵੇ, ਪਰ ਮੈਨੂੰ ਇੱਥੇ ਕੋਈ ਦੇਖਣ ਨੂੰ ਨਹੀਂ ਮਿਲ ਰਿਹਾ। ਇੱਕ ਸ਼ਰੇਆਮ ਕੂੜਾ ਪਿਆ ਹੈ ਔਰ ਇਹ ਕੂੜਾ ਇੱਥੇ ਸੜ ਸੜ ਕੇ ਜਿਹੜਾ ਗਲ ਜਾਂਦਾ ਹੈ, ਤਬਾਹ ਹੋ ਜਾਂਦਾ ਹੈ, ਲੇਕਿਨ ਇਸ ਕੂੜੇ ਪ੍ਰਤੀ ਜਿਹੜੀ ਆ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਹਾਂਜੀ ਸਰ, ਸਾਡੇ ਨਾਲ ਇਸ ਟਾਈਮ ਖੜ੍ਹੇ ਨੇ ਐਕਸ ਸਰਵਿਸਮੈਨ, ਜਿਹੜੀ ਇਹਨਾਂ ਦੀ ਐਸੋਸੀਏਸ਼ਨ ਬਣੀ ਹੋਈ ਆ ਆਮ ਆਦਮੀ ਪਾਰਟੀ ਦੀ, ਉਹਦੇ ਜੁਆਇੰਟ ਸੈਕਟਰੀ ਲੁਧਿਆਣਾ ਦਿਹਾਤੀ ਦੇ ਖੜ੍ਹੇ ਨੇ, ਅਤੇ ਅਸੀਂ ਉਹਨਾਂ ਨੂੰ ਪੁੱਛਣਾ ਚਾਹਾਂਗੇ ਵੀ ਇਹ ਕੂੜੇ ਦਾ ਢੇਰ ਕਿੰਨੀ ਦੇਰ ਤੋਂ ਲੱਗਿਆ ਹੋਇਆ, ਇਹਨਾਂ ਨੂੰ ਕੀ ਪ੍ਰੋਬਲਮ ਆਉਂਦੀਆਂ ਨੇ। ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਵੀ ਇਹ ਵਾਰਡ ਨੰਬਰ ਕਿੰਨੇ 'ਚ ਪੈਂਦਾ, ਤੁਸੀਂ ਵੀ ਚੋਣ ਲੜੀ ਹੈ ਪਿਛਲੀ ਮਿਊਨਸਪਲ ਕਮੇਟੀ ਦੀ, ਇਹ ਕਿੰਨੇ ਨੰਬਰ ਵਾਰਡ 'ਚ ਪੈਂਦਾ ਏਰੀਆ? ਇਹ ਵਾਰਡ ਨੰਬਰ 7 'ਚ ਪੈਂਦਾ ਜੀ। ਇਹ ਬਹੁਤ ਵਾਰੀ ਇਸ ਕੂੜੇ ਬਾਰੇ ਕੀਤੀ ਹੈ ਚਰਚਾ ਕੀਤੀ ਹੈ, ਇੱਥੇ ਕਾਫੀ ਮਜ਼ਾਰਾ ਕੀਤਾ, ਮਿਊਨਸਪਲ ਕਮੇਟੀ 'ਚ ਵੀ ਗਏ ਹਾਂ ਅਸੀਂ, ਪ੍ਰਧਾਨ ਸਾਹਿਬ ਨੂੰ ਵੀ ਬੋਲਿਆ, ਈਓ ਦੇ ਕੋਲ ਵੀ ਗਏ ਹਾਂ, ਹੁਣ ਕਹਿੰਦੇ ਜੀ ਜਗ੍ਹਾ ਲਈ ਆ ਜੈਪੁਰਾ ਕਨ ਦੋ ਕੀਤੇ, ਪਰ ਦੋ ਕੀਤੇ 'ਚ ਇਹ ਡੰਪ ਥੋੜ੍ਹੀ ਲੱਗੂ, ਘੱਟੋ ਘੱਟ 7-8 ਕੀਤੇ ਚਾਹੀਦੇ ਇਹਦੇ ਵਾਸਤੇ। ਇਹ ਤਾਂ ਇੰਨੇ ਗੱਲਾਂ ਨੇ ਬਣਾਉਣ ਦੀਆਂ ਵੀ ਅਸੀਂ ਜ਼ਮੀਨ ਲੈ ਲਈ ਸੀ ਉੱਧਰ, ਇਹਨੂੰ ਛਾਲਾ ਲੱਗੂਗਾ, ਅੱਗ ਲਾ ਕੇ ਇਹਦੀ ਸਵਾਹ ਬਣਾ ਕੇ ਲੈ ਕੇ ਜਾਣਗੇ ਇੱਥੋਂ, ਸਵਾਹ ਫਿਰ ਖੇਤਾਂ 'ਚ ਪਾਉਣਗੇ, ਦੁਬਾਰਾ ਫਿਰ ਛਾਲਣਾ ਲੱਗੂਗਾ ਇਹਨੂੰ। ਇਹ ਤਾਂ ਹੀ ਅੱਗ ਲਾਉਂਦੇ ਆ ਇਹਨੂੰ ਤਾਂ ਕਿ ਇਹਦੀ ਸਵਾਹ ਬਣ ਜਾਵੇ, ਤਾਂ ਕਿ ਇਹ ਘੱਟ ਜਾਵੇ, ਤਾਂ ਕਿ ਜਿਹੜੇ ਲਿਫਾਫੇ ਆ ਇਹ ਨਜ਼ਰ ਨਾ ਆਉਣ। ਦੇਖੋ ਮੈਡੀਕਲ ਦਾ ਸਮਾਨ ਪਿਆ ਇੱਥੇ, ਕਿੰਨਾ ਕੁਛ ਪਿਆ ਇੱਥੇ, ਬਹੁਤ ਕੁਛ ਪਿਆ। ਤੁਹਾਨੂੰ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਿਛਲੇ ਕਾਫੀ ਸਮੇਂ ਤੋਂ, ਜਿਵੇਂ ਕਿ ਸਾਨੂੰ ਸੁਣਨ 'ਚ ਵੀ ਆਇਆ ਵੀ ਜਦ ਧੂੰਆਂ ਉੱਡਦਾ ਤਾਂ ਤੁਹਾਡੇ ਘਰਾਂ ਵੱਲ ਨਹੀਂ ਆਉਂਦਾ, ਅਤੇ ਕੀ ਸਮੱਸਿਆਵਾਂ ਨੇ ਬਈ, ਬੱਚਿਆਂ ਨੂੰ ਕੀ ਸਮੱਸਿਆਵਾਂ, ਬਜ਼ੁਰਗਾਂ ਨੂੰ ਕੀ, ਤੁਸੀਂ ਇੱਕ ਵਾਰ ਖੁੱਲ੍ਹ ਕੇ ਦੱਸੋ। ਜਿਵੇਂ ਅੱਜ ਕੱਲ੍ਹ ਕਰੋਨਾ ਦਾ ਦੌਰ ਚੱਲ ਰਿਹਾ, ਜਿਹੜੀ ਬੇਸਿਕਲੀ ਸਾਹ ਦੀ ਬਿਮਾਰੀ ਆ, ਤੁਹਾਡੇ ਜਿੰਨੇ ਵੀ ਆਪਣੇ ਜੇ ਮੁਹੱਲਾ ਵਾਸੀ ਜਾਂ ਵਾਰਡ ਵਾਸੀ ਨੇ, ਇੱਧਰ 7 ਨੰਬਰ ਅਤੇ 3 ਨੰਬਰ ਵਾਰਡ ਵਸਿਆ ਹੋਇਆ, ਕਾਫੀ ਘਰ ਵਸੇ ਹੋਏ ਨੇ, ਕੀ ਸਮੱਸਿਆਵਾਂ ਦਾ ਸਾਹਮਣਾ ਤੁਸੀਂ ਆਪ ਕੀ ਫੀਲ ਕਰਦੇ ਹੋ ਵੀ ਤੁਸੀਂ ਘਰ ਬੈਠੇ ਜਦ ਇੱਥੇ ਅੱਗ ਲੱਗੀ ਹੁੰਦੀ ਤਾਂ ਕੀ ਤੁਹਾਨੂੰ ਮਹਿਸੂਸ ਹੁੰਦਾ? ਇਹਦਾ ਬਹੁਤ ਜ਼ਹਿਰੀਲਾ ਧੂੰਆਂ ਨਿਕਲਦਾ ਜੀ, ਇਹਦੇ 'ਚ ਬਹੁਤ ਕੈਮੀਕਲ ਜਿਹੜੇ ਆ, ਦਵਾਈਆਂ ਐਰਾ ਵਗੈਰਾ, ਹੋਰ ਬੱਚਿਆਂ ਦੇ ਪੈਪਰ, ਪਤਾ ਨਹੀਂ ਕੀ ਕੁਛ ਇਹਦੇ ਅੰਦਰ ਸੜਦਾ, ਔਰ ਇਹਦੇ ਨਾਲ ਸਾਹ ਘੁੱਟਦਾ ਜੀ ਪੂਰਾ। ਅਸੀਂ ਇੱਕ ਦੋ ਵਾਰੀ ਸਾਡੇ ਆਪਣੇ ਗਲੀ ਦੇ ਅੰਦਰ ਪੰਡ ਜੀ ਆ, ਅਸੀਂ ਉਹਨੂੰ ਇੱਕ ਦੋ ਵਾਰੀ ਵੇੜੇ ਕਵੇੜੇ ਲੈ ਕੇ ਗਏ ਚੱਕ ਕੇ ਅਸੀਂ, ਜਦੋਂ ਇਹ ਧੂੰਆਂ ਜਿਹੜਾ ਉੱਧਰ ਨੂੰ ਜਾਂਦਾ ਹਵਾ ਦੇ ਲੋਟ, ਤਾਂ ਲੋਕਾਂ ਦਾ ਸਾਹ ਘੁੱਟਦਾ, ਜਦੋਂ ਇੱਧਰੋਂ ਪੱਛੋਂ ਚੱਲਦੀ ਹੈ ਤਾਂ ਅਡੈਚਾ ਕਲੋਨੀ ਨੂੰ ਮਾਰ ਕਰਦਾ ਹੈ। ਅਤੇ ਆਪਣੇ ਜਿਹੜੇ ਉਰੇ ਕੌਂਸਲਰ ਨਵੇਂ ਚੁਣੇ ਗਏ ਨੇ,
ਤੁਸੀਂ ਕਹਿੰਦੇ ਹੋ ਵਾਰਡ ਨੰਬਰ 7 ਆ ਤੇ ਉਹਨਾਂ ਦਾ ਕੀ ਨਵਾਂ ਤੁਸੀਂ ਉਹਨਾਂ ਨੂੰ ਹੁਣ ਮਿਲੇ ਹੋ ਜਾਂ ਪ੍ਰਧਾਨ ਜੀ ਨਾਲ ਗੱਲ ਕੀਤੀ ਕੋਈ ਤਾਂ ਕੋਈ ਡੈਪੂਟੇਸ਼ਨ ਤੁਹਾਡਾ ਮਿਲਿਆ ਮੱਲੇ ਦਾ ਇਹ ਸਾਰਾ ਕੁਝ ਲਿਖ ਕੇ ਦਿੱਤਾ ਜੀ ਇਹਨਾਂ ਨੇ ਸਾਰੇ ਮੱਲੇ ਨੇ ਲਿਖ ਕੇ ਦਿੱਤਾ ਹੁਣ ਇਹਨਾਂ ਨੇ ਪਤਾ ਨਹੀਂ ਕਮੇਟੀ 'ਚ ਕੀ ਲਿਖ ਕੇ ਦਿੱਤਾ ਹੈ ਕੀ ਨਹੀਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਜੀ ਠੀਕ ਹੈ ਜੀ ਕੈਮਰਾ ਪਰਸਨ ਸਨੀ ਦੇ ਨਾਲ ਦੁਰਾਹੇ ਤੋਂ ਜਨਦੀਪ ਕੌਸ਼ਲ ਸੈਲਟ ਚੈਨਲ ਦੁਰਾਹਾ ਥੈਂਕ ਯੂ साडे सैलेट दे एमडी एमपी सिंह जी वालों और सैलेट की पूरी न्यूज़ टीम वालों कोई भी सरकारी नुमाइंदा इस वीडियो नूं देख रहा होवे तां उस नूं जिहड़ी है इस चीज़ नूं जिहड़ी खत्म करन दी इक सौं मिलनी चाहीदी है क्योंकि जिथे आपां गल करदे आं अज इंसान इंसानियत नूं बचाउण दी उत्थे जेकर आपां इहो जिहे काम करके अपने दुराहे नूं खूबसूरत बना रहे हां तां फिर जिहड़ी इह खूबसूरती है आने वाली साडी पीढ़ियां नूं बहुत वड्डा दुख देण वाली है। सो मैं सी शिवम माया मेरे नाल कैमरा परसन सनी जी, तुसीं वेख रहे हो सैलेट न्यूज़ चैनल, असीं इस समय दुराहा चल